ਬਠਿੰਡਾ 'ਚ ਪਰਾਲੀ ਨੂੰ ਸਾੜਨ ਵਾਲੇ ਕਿਸਾਨਾਂ 'ਤੇ ਪਰਚੇ ਕਰਨ ਵਿਰੁੱਧ ਭਾਰਤੀ ਕਿਸਾਨ ਏਕਤਾ ਯੂਨੀਅਨ ਸਿੱਧੂਪੁਰਾ ਨੇ ਫਿਲਹਾਲ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ। ਕਿਸਾਨ ਆਗੂ ਦਾ ਕਹਿਣਾ ਹੈ ਕਿ ਸਰਕਾਰ ਜਦੋਂ ਤੱਕ ਕਿਸਾਨਾਂ ਦੇ ਕਰਜ਼ ਮੁਆਫ਼ ਨਹੀਂ ਕਰਦੀ ਅਤੇ ਦਰਜ ਪਰਚਿਆਂ ਨੂੰ ਵਾਪਸ ਨਹੀਂ ਲੈਂਦੀ ਉਦੋਂ ਤੱਕ ਇਹ ਜਿਹੜਾ ਪ੍ਰਦਰਸ਼ਨ ਹੈ ਚੱਲਦਾ ਰਹੇਗਾ। ਪੰਜਾਬ 'ਚ ਜਿੱਥੇ ਹਰ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਹੈ, ਉੱਥੇ ਕਿਸਾਨਾਂ ਵੱਲੋਂ ਵੀ ਪਰਾਲੀ ਸਾੜਨ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਪ੍ਰਸ਼ਾਸਨ ਵੱਲੋਂ ਸਖ਼ਤੀ ਦਿਖਾਉਣ ਦੇ ਬਾਵਜੂਦ ਕਿਸਾਨ ਪਰਾਲੀ ਨੂੰ ਅੱਗ ਲਗਾ ਰਹੇ ਹਨ। ਬਠਿੰਡਾ 'ਚ ਡੀਸੀ ਦਫ਼ਤਰ ਦੇ ਬਾਹਰ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਪਰਾਲੀ ਸਾੜਨ 'ਤੇ ਦਰਜ ਕੀਤੇ ਜਾ ਰਹੇ ਮਸਲਿਆਂ ਦਾ ਉਹ ਵਿਰੋਧ ਕਰ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਚਾਹੇ ਉਹਨਾਂ ਨੂੰ ਕਿੰਨਾ ਵੀ ਸੰਘਰਸ਼ ਕਿਉਂ ਨਾ ਕਰਨਾ ਪਵੇ, ਉਹ ਪਰਾਲੀ ਨੂੰ ਅੱਗ ਲਗਾਉਂਦੇ ਰਹਿਣਗੇ। ਇਹਦੇ ਬਾਰੇ ਸਾਡਾ ਕਹਿਣਾ ਕਿ ਬੜੇ ਵਾਰ ਇਸ ਡੀਸੀ ਸਾਹਿਬ ਨੂੰ ਇਸ ਪਰਾਲੀ ਸੰਬੰਧੀ ਅਸੀਂ ਮੰਗ ਪੱਤਰ ਮੀਡੀਆ ਕਰ ਚੁੱਕੇ ਹਾਂ ਕਿ ਜੋ ਸਰਕਾਰ ਦੀਆਂ ਨੀਤੀਆਂ ਪੋਲਸੀਆਂ ਨੇ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ 2.5 ਏਕੜ ਵਾਲੇ ਕਿਸਾਨਾਂ ਨੂੰ ਸੰਦ ਮੁਹੱਈਆ ਕਰਵਾਉਣੇ, ਕਿ ਸਾਡੀ ਬੇਨਤੀ ਹੈ ਕਿ ਉਹ ਸੰਦ ਮੁਹੱਈਆ ਕਰਵਾਏ ਜਾਣ। ਪਰ ਅੱਜ ਤੱਕ ਫਿਲਹਾਲ ਕਿਸੇ ਵੀ ਕਿਸਾਨ ਨੂੰ ਪਿੰਡ ਦੇ ਵਿੱਚ ਨਾ ਤਾਂ 1.5 ਏਕੜ ਵਾਲੇ ਨੂੰ ਸੰਦ ਦਿੱਤਾ ਗਿਆ, ਨਾ ਕੋਈ ਸਬਸਿਡੀ ਦਿੱਤੀ ਗਿਆ, ਜਿਸ ਕਰਕੇ ਅੱਖ ਕੇ ਮਜਬੂਰੀ ਬਸ ਅਸੀਂ ਅੱਜ ਇਹਦੇ ਬਾਰ ਦੇ ਵਿੱਚ ਪਿੱਟ ਸਿਆਪਾ ਕਰਕੇ ਪਰਾਲੀ ਸਾੜੀ ਆ ਕਿ ਸਾਡੀ ਮਜਬੂਰੀ ਆ, ਸਾਡਾ ਸ਼ੌਂਕ ਨਹੀਂ। ਅਗਲੀ ਫਸਲ ਅਸੀਂ ਕਣਕ ਦੀ ਵੀ ਤਿਆਰ ਕਰਨੀ ਆ, ਇਸ ਲਈ ਸਾਡੀ ਮਜਬੂਰੀ ਆ। ਅੱਜ ਅਸੀਂ ਜੋ ਪਰਚੇ ਵਗੈਰਾ ਪਾ ਰਹੇ ਉਹਦੇ ਵਿਰੋਧ ਦੇ ਵਿੱਚ ਇੱਥੇ ਪਰਾਲੀ ਸਾੜੇ ਡੀਸੀ ਦਫ਼ਤਰ। ਹੁਣ ਜਿੱਥੇ ਕਿਸਾਨ ਪਰਾਲੀ ਜਲਾਉਣ ਦੇ ਮਾਮਲੇ 'ਤੇ ਅੜੇ ਹੋਏ ਨੇ ਅਤੇ ਪ੍ਰਸ਼ਾਸਨ ਵੀ ਆਪਣੀ ਸਖ਼ਤੀ ਦਿਖਾਉਂਦਾ ਨਜ਼ਰ ਆ ਰਿਹਾ ਹੈ, ਪਰ ਕਿਸਾਨਾਂ ਦੇ ਰਵੱਈਏ ਅਤੇ ਪ੍ਰਸ਼ਾਸਨ ਦੀ ਸਖ਼ਤੀ ਦੇ ਵਿਚਕਾਰ ਆਮ ਲੋਕਾਂ ਨੂੰ ਧੂੰਏ ਤੋਂ ਕਦੋਂ ਨਿਜਾਤ ਮਿਲੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਬਠਿੰਡਾ ਤੋਂ ਕੁਨਾਲ ਬਾਂਸਲ ਦੀ ਰਿਪੋਰਟ, ਲਿਵਿੰਗ ਇੰਡੀਆ ਨਿਊਜ਼। ਅਤੇ ਸਾਫ਼ ਤੌਰ 'ਤੇ ਤੁਸੀਂ ਦੇਖਿਆ ਪਰਾਲੀ ਕਰਕੇ ਕਿਵੇਂ ਨੁਕਸਾਨ ਹੋ ਰਿਹਾ, ਪੰਜਾਬ ਦਾ ਨੁਕਸਾਨ ਹੋ ਰਿਹਾ। ਫਿਰੋਜ਼ਪੁਰ ਦੀ ਗੱਲ ਕਰਾਂਗੇ, ਫਿਰੋਜ਼ਪੁਰ 'ਚ ਕਿਸਾਨ ਪਰਾਲੀ ਨੂੰ ਲਗਾਤਾਰ ਅੱਗ ਲਾ ਰਹੇ ਨੇ, ਜਿਸ ਕਰਕੇ ਵਾਤਾਵਰਣ ਲਗਾਤਾਰ ਦੂਸ਼ਿਤ ਹੋ ਰਿਹਾ। ਜਿੱਥੇ ਕਿਸਾਨ ਪਰਾਲੀ ਦਾ ਕੋਈ ਹੱਲ ਨਾ ਹੋਣ ਕਰਕੇ ਮਜਬੂਰੀ ਦੱਸ ਰਹੇ ਨੇ ਅੱਗ ਲਗਾਉਣਾ ਉਹਨਾਂ ਦੀ ਮਜਬੂਰੀ ਹੈ, ਉੱਥੇ ਹੀ ਦੂਜੇ ਪਾਸੇ ਸਥਾਨਕ ਵਾਸੀਆਂ ਨੂੰ ਸਾਹ ਲੈਣ 'ਚ ਕਾਫ਼ੀ ਜ਼ਿਆਦਾ ਔਖਾ ਹੋ ਰਿਹਾ ਹੈ। ਪੰਜਾਬ ਦੇ ਵਿੱਚ ਪਰਾਲੀ ਨੂੰ ਜਿਹੜੀ ਅੱਗ ਲਗਾਈ ਜਾ ਰਹੀ ਹੈ, ਜਿਹਦੇ ਨਾਲ ਜਿਹੜੀ ਹੈ ਧੂੰਆਂ ਜਿਹੜਾ ਕਾਫ਼ੀ ਜਿਹੜਾ ਹੋ ਰਿਹਾ ਵਾ, ਜਿਹਦੇ ਕਰਕੇ ਲੋਕਾਂ ਨੂੰ ਕਾਫ਼ੀ ਦਿੱਕਤ ਆ ਰਹੀ ਹੈ, ਕਿਸਾਨਾਂ ਨੂੰ ਵੀ ਦਿੱਕਤ ਆ। ਅਗਰ ਕਿਸਾਨਾਂ ਨਾਲ ਗੱਲ ਕਰਦੇ ਹਾਂ, ਕਿਸਾਨਾਂ ਦਾ ਕਹਿਣਾ ਕਿ ਸਰਕਾਰ ਵੱਲੋਂ ਜਿਹੜਾ ਉਹਨਾਂ ਨੂੰ ਸਬਸਿਡੀ ਨਹੀਂ ਦਿੱਤੀ ਜਾਂਦੀ ਹੈਗੀ ਸੰਦਾਂ ਦੇ ਉੱਤੇ, ਜਾਂ ਉਹਨਾਂ ਨੂੰ ਬੋਨਸ ਨਹੀਂ ਦਿੱਤਾ ਜਾਂਦਾ, ਜਿਹਦੇ ਕਰਕੇ ਕਿਸਾਨ ਦੇ ਕੋਲ ਕੋਈ ਹੱਲ ਨਹੀਂ, ਕਿਉਂਕਿ ਕਿਸਾਨ ਜਿਹੜਾ ਕਰਜ਼ੇ ਦੀ ਮਾਰ ਹੇਠ ਹੈ ਅਤੇ ਕਿਸਾਨ ਜਿਹੜਾ ਲਗਾਤਾਰ ਕਰਜ਼ੇ ਦੇ ਵਿੱਚ ਦੱਬਦਾ ਜਾ ਰਿਹਾ ਕਿ ਸਰਕਾਰ ਨੂੰ ਜਿਹੜਾ ਅੱਗੇ ਆ ਕੇ ਜਿਹੜਾ ਇਹ ਸਟੈਪ ਚੱਕਣਾ ਪਊਗਾ, ਕਿਸਾਨਾਂ ਦੀ ਜਿਹੜੀ ਹੈ ਸਬਸਿਡੀ ਦੇਣੀ ਪਊਗੀ। ਇਹ ਕਿਸਾਨਾਂ ਦਾ ਕਹਿਣਾ। ਜੇ ਲੋਕਾਂ ਦੀ ਗੱਲ ਕਰੀਏ, ਲੋਕਾਂ ਦਾ ਕਹਿਣਾ ਵਾ ਕਿ ਇਹ ਜਿਹੜਾ ਧੂੰਆਂ ਹੈਗਾ ਪਰਾਲੀ ਦਾ ਧੂੰਆਂ ਹੈਗਾ, ਜਿਹਦੇ ਕਰਕੇ ਉਹਨਾਂ ਨੂੰ ਕਾਫ਼ੀ ਜਿਹੜੀ ਦਿੱਕਤ ਆ ਰਹੀ ਹੈਗੀ ਹੈ। ਤੁਸੀਂ ਦੇਖ ਸਕਦੇ ਹੈਗੇ ਹੋ ਕਿ ਖੇਤਾਂ ਨੂੰ ਜਿਹੜੀ ਹੈ ਅੱਗ ਵੀ ਲੱਗੀ ਹੋਈ ਹੈ ਅਤੇ ਜਿਹੜਾ ਧੂੰਆਂ ਜਿਹੜਾ ਇੱਥੋਂ ਖੁੱਲ੍ਹਦਾ ਪਿਆ ਹੈਗਾ, ਇਹ ਪੰਜਾਬ ਭਰ ਦੇ ਵਿੱਚ ਜੇ ਗੱਲ ਕਰ ਲਈਏ, ਹਰਿਆਣੇ ਦੇ ਵਿੱਚ ਗੱਲ ਕਰ ਲਈਏ, ਜਿਹੜਾ ਇਹ ਧੂੰਆਂ ਜਿਹੜਾ ਉੱਠ ਰਿਹਾ, ਕਿਸਾਨ ਜਿਹੜੇ ਹੈਗੇ ਕਿਸਾਨਾਂ ਦਾ ਕਹਿਣਾ ਕਿ ਉਹ ਪਰੇਸ਼ਾਨ ਨੇ, ਉਹਨਾਂ ਕੋਲੋਂ ਇਸ ਤੋਂ ਸਿਵਾਏ ਕੋਈ ਹੱਲ ਨਹੀਂ ਹੈਗਾ, ਸਰਕਾਰ ਜਿਹੜਾ ਢੁੱਕਵਾਂ ਹੱਲ ਕੱਢੇ ਜਿਹਦੇ ਕਰਕੇ ਉਹ ਜਿਹੜਾ ਪਰਾਲੀ ਨੂੰ ਅੱਗ ਨਾ ਲਗਾਉਣ। ਸਾਡੇ ਨਾਲ ਇੱਥੇ ਕੁਝ ਕਿਸਾਨ ਵੀ ਮੌਜੂਦ ਹੈਗੇ ਨੇ ਜੋ ਰਸਤੇ 'ਚ ਜਾ ਰਹੇ ਸੀ, ਗੱਲਬਾਤ ਕਰਦੇ ਹਾਂ। ਕਿਸਾਨਾਂ ਦੇ ਕੋਲ ਹੱਲ ਕਿਉਂ ਨਹੀਂ ਹੈਗਾ, ਜਿਹੜਾ ਪਰਾਲੀ ਨੂੰ ਅੱਗ ਕਿਉਂ ਲਗਾ ਰਹੇ ਆ? ਇਹ ਜਨਾਬ ਸੰਦ ਹੈਗੇ ਨੇ ਬਹੁਤ ਮਹਿੰਗੇ ਅਤੇ ਗੌਰਮੈਂਟ ਕਿਸੇ ਗੱਲ ਦੀ ਕੋਈ ਗੱਲ ਨਹੀਂ ਸੁਣਦੀ। ਗੌਰਮੈਂਟ ਨੂੰ ਚਾਹੀਦਾ ਹੈਗਾ ਵੀ ਜ਼ਿਮੀਂਦਾਰਾਂ ਨੂੰ ਸੰਦ ਮੁਹੱਈਆ ਕਰਾਉਣ ਅਤੇ ਉਹਦੇ 'ਤੇ ਸਬਸਿਡੀ ਦੇਣ ਅਤੇ ਜ਼ਿਮੀਂਦਾਰ ਇਹਨਾਂ ਨੂੰ ਬੁੱਥਿਆਂ ਨੂੰ ਖਤਮ ਕਰਨ। ਕੋਈ ਹੋਰ ਹੱਲ ਨਹੀਂ ਇਹ ਕਹਿੰਦਾ? ਕਹਿੰਦਾ ਕੋਈ ਹੱਲ ਨਹੀਂ ਹੋ ਰਹੇਗਾ ਜੀ। ਅਤੇ ਜਾਂ ਜ਼ਿਮੀਂਦਾਰ ਨੂੰ ਜੇ ਸਬਸਿਡੀ ਨਹੀਂ ਦਿੰਦੇ ਸੰਦਾਂ 'ਤੇ, 200 ਰੁਪਈਆ ਕੁਇੰਟਲ 'ਤੇ ਸਬਸਿਡੀ ਦੇਣੀ ਚਾਹੀਦੀ ਝੋਨੇ 'ਤੇ, ਵੀ ਜਿਹੜਾ ਇਹਦਾ ਖਰਚਾ ਪੂਰਾ ਹੋ ਜਾਵੇ। ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਕਈ ਬਿਮਾਰੀਆਂ ਜਿਹੜੀਆਂ ਪੈਦਾ ਹੋਣਗੀਆਂ? ਉਹ ਸਾਰੀਆਂ ਗੱਲਾਂ ਨਾਲ ਅਸੀਂ ਸਹਿਮਤ ਹਾਂ ਤੁਹਾਡੀ ਨਾਲ, ਪਰ ਸਾਡੀ ਵੀ ਮਜਬੂਰੀ ਹੈ, ਦੱਸੋ ਅਸੀਂ ਕੀ ਕਰੀਏ। ਬਿਲਕੁਲ, ਜਿਹੜਾ ਕਿਸਾਨਾਂ ਦਾ ਕਹਿਣਾ ਕਿ ਸਰਕਾਰ ਜਿਹੜਾ ਵੈ ਇੱਧਰ ਧਿਆਨ ਦੇਵੇ ਅਤੇ ਜਿਹੜਾ ਕਿਸਾਨਾਂ ਨੂੰ ਸਬਸਿਡੀ ਦੇਵੇ ਤਾਂ ਕਿ ਜਿਹੜਾ ਕਿਸਾਨ ਹੈ ਉਹ ਪਰਾਲੀ ਨੂੰ ਜਿਹੜਾ ਅੱਗ ਨਾ ਲਗਾ। ਕੈਮਰਾ ਪਰਸਨ ਨਰੇਸ਼ ਦੇ ਨਾਲ ਸਨੀ ਚੋਪੜਾ, ਲਿਵਿੰਗ ਇੰਡੀਆ ਨਿਊਜ਼, ਫਿਰੋਜ਼ਪੁਰ।